नाम है तुहाडा? नाम की है जी तुहाडा? नाम की है तुहाडा? तुसीं काम कर रहे हो सरकारी जिहड़े कागजात दे नाल, की नाम है तुहाडा? किहदे कहिंदे काम करदे हो? पटवारी साहब तुसी देखोगे आके? आओ फिर तुसी नाल आओ ना, पहला देखो ना, वो सरकारी जिहड़े कागजात वो भी जरूरी है, ओपन पे हुए आ। सर तुसी सानू एक्सप्लेन करो ना। ठीक है, तो वो मुंडा कौन सी मैनू दसो ना, तुसी कह रहे मेरे को काम नहीं कर रहे? फिर दोनों रजिस्टर ओपन ने, हर रजिस्टर ते काम कर रहा है, मैं पूछा तो बोल नहीं रहा कुछ। कौन बंदा सी जो रिकॉर्ड फरोला खराली कर रहे थे? वो सर इतने ही जगह डिलेटर का होगा, पर नहीं तो किवें आके, ओ किवें आके कर लेगा सामने? तो क्या सरकारी रजिस्टर तुसी ओपन छोड़ के आप दूसरे कमरे में बैठा हो? सर आ देखो, आ ਸਾਡੇ ਸਾਹਮਣੇ ਆ ਦੇਖੋ, ਆ ਪੈਨ ਫੜਿਆ ਆ ਸਾਰਾ ਕੰਮ ਕਰ ਰਿਹਾ ਸਰ, ਤੁਸੀਂ ਕੀ ਕਹਿ ਸਕਦੇ ਜੀ? ਆ ਦੇਖੋ ਇਹ ਕੌਣ ਆ ਬੰਦੇ? ਚਲੋ ਮੈਂ ਸਰ ਸਾਡੇ ਨਹੀਂ ਏਜੰਟ ਰੱਖੇ ਹੋਏ ਆ ਤੁਸੀਂ? ਏਜੰਟ ਰੱਖੇ ਆ ਤੁਸੀਂ? ਕਾ ਇਸ ਬੰਦੇ ਦਾ ਅਸੀਂ ਸਟਿੰਗ ਕੀਤਾ ਵੇ, ਇਹਨੇ 500 ਰੁਪਇਆ ਲਿੱਤਾ ਦਾ ਸਾਨੂੰ ਫਰਜ਼ ਦੇਣ ਦਾ, ਇਸ ਬੰਦੇ ਨੇ। ਹਾਂਜੀ ਕੰਮ ਕਰਾਉਣ ਆਏ ਆ ਸਰ? ਇਹ ਸਰਕਾਰੀ ਰਜਿਸਟਰ ਤੇ ਕੰਮ ਕਰਦੇ ਪਏ ਨੇ, ਸਰਕਾਰੀ ਫਾਈਲ ਤੇ ਕੰਮ ਕਰ ਰਹੇ ਨੇ। ਕਿਵੇਂ ਕਰ ਰਹੇ ਨੇ? ਤੁਹਾਡੇ ਹੀ ਉੱਥੇ ਦਫ਼ਤਰ ਦੇ ਵਿੱਚ ਬਹਿ ਕੇ? ਅਤੇ ਤੁਹਾਡੇ ਕੋਲ ਕੰਮ ਕਰਦੇ? ਅਤੇ ਉਹ ਕਮਰਾ ਕਿਹਦਾ ਹੈ ਜਿੱਥੇ ਇਹ ਸਰਕਾਰੀ ਜਿਹੜੇ ਕਾਗਜ਼ਾਂ ਦੇ ਵਿੱਚ ਇਹ ਕੰਮ ਕਰ ਰਹੇ ਨੇ, ਕਾਗਜ਼ਾਂ ਨਾਲ ਛੇੜਛਾੜ ਕਰ ਰਹੇ ਨੇ? ਇਹਦਾ ਦੇਖੀਏ ਰੰਗ, ਇਹ ਕਰ ਰਹੇ ਆ ਮੇਰੇ ਕੋਲ ਵਿਜ਼ੂਅਲ ਨੇ। ਹਾਂਜੀ ਕੌਣ ਨੇ ਭਾਈ ਸਾਹਿਬ ਇਹ ਤੁਹਾਡੇ ਕੋਲ ਕੰਮ ਕਰਦੇ? ਕੀ ਰੱਖਿਆ ਤੁਸੀਂ? ਨਹੀਂ ਨਹੀਂ दो लोग काम कर रहे थे, ਜਦੋਂ ਅਸੀਂ ਉਹਨਾਂ ਨੂੰ ਪੁੱਛਿਆ ਇਸ ਬਾਰੇ ਕਿ ਤੁਸੀਂ ਕਿਹਨਾਂ ਨੇ ਪ੍ਰੋਵਾਈਡ ਕੀਤਾ, ਕਿਹਨਾਂ ਨੇ ਰੱਖਿਆ ਹੈਗਾ, ਅਤੇ ਉਹ ਕੁਛ ਨਹੀਂ ਬੋਲੇ, ਉਹ ਕਮਰਾ ਛੱਡ ਕੇ ਇੱਥੋਂ ਭੱਜ ਗਏ। ਠੀਕ ਹੈ, ਹਾਂਜੀ ਠੀਕ ਹੈ ਜੀ, ਕੀ ਕਹਿਣਾ ਚਾਹੋਗੇ? ਨਹੀਂ ਮੈਂ ਤਾਂ ਨਹੀਂ ਦੇਖਿਆ ਕਿ ਤਾਂ ਹੁਣ ਇਹਨਾਂ ਨੂੰ ਪਤਾ ਹੋ ਜੇ ਇਹਨਾਂ ਨੇ ਕਿਸੇ ਨੂੰ ਲਾਇਆ ਉੱਥੇ, ਤੁਸੀਂ ਲਾਈ ਕਿ ਨਹੀਂ ਲਾਈ, ਤਾਂ ਕੋਈ ਬੰਦਾ ਉੱਦਾਂ ਪ੍ਰਾਈਵੇਟ ਆ ਕੇ ਕਾਗਜ਼ ਦੇਖਦਾ ਸੀ ਉੱਥੇ, ਜਾਂ ਕੋਈ ਆਪਣਾ ਰਿਕਾਰਡ ਚੈੱਕ ਕਰਦਾ ਸੀ, ਤਾਂ ਪ੍ਰਭਾਰੀ ਸਾਹਿਬ ਵੀ ਦੱਸ ਸਕਦੇ। ਸਰ ਸਰਕਾਰੀ ਕਾਗਜ਼ਾਂ, ਸਰਕਾਰੀ ਉੱਥੇ ਰਜਿਸਟਰ ਖੋਲ੍ਹਿਆ ਗਿਆ ਹੈਗਾ, ਇੰਪੋਰਟੈਂਟ ਇਨਫੋਰਮੇਸ਼ਨਾਂ ਹੁੰਦੀਆਂ ਨੇ, ਉਹ ਕੋਈ ਪ੍ਰਾਈਵੇਟ ਬੰਦਾ ਕਿਵੇਂ ਚੈੱਕ ਕਰ ਸਕਦਾ ਹੈਗਾ? ਜਾਂ ਇਹ ਜਿਹੜੇ ਪਟਵਾਰੀ ਨੇ ਇਹਨਾਂ ਨੇ ਬੰਦੇ ਰੱਖੇ ਹੈ? ਨਹੀਂ ਇਹ ਤਾਂ ਕੋਈ ਬੰਦਾ ਨਹੀਂ ਚੈੱਕ ਕਰਦਾ, ਪ੍ਰਾਈਵੇਟ ਬੰਦਾ ਚੈੱਕ ਹੀ ਨਹੀਂ ਕਰ ਸਕਦਾ। ਅਤੇ ਉਹ ਬੰਦੇ ਕੌਣ ਸੀ ਉਸ ਜਿਸ ਦੇ ਬਾਅਦ ਉਹ ਭੱਜ ਗਏ ਮੀਡੀਆ ਨੂੰ ਦੇਖ ਕੇ? ਪੈਸੇ ਮੰਗ ਰਹੇ ਆ ਕਿਤੇ ਨਾ ਕਿਤੇ ਤੋਂ ਚਲਾ ਰਹੇ ਆ, ਗਲਤ ਗੱਲ ਹੀ ਹੈ ਪ੍ਰਾਈਵੇਟ ਬੰਦਾ ਪੈਸੇ ਮੰਗਦਾ
ਜਾਂ ਕੋਈ ਕੰਮ ਕਰ ਰਿਹਾ ਆ ਇਹ ਤਾਂ ਫਿਰ ਸਰ ਪਹਿਲੀ ਗੱਲ ਤਾਂ ਜਿਹੜੇ ਸਰਕਾਰੀ ਜਿਹੜਾ ਸਰਕਾਰੀ ਰਜਿਸਟਰ ਨਾਲ ਛੇੜਛਾੜ ਹੋ ਰਹੀ ਹੈ ਸਰ ਚੜਿਆਮ ਹੋ ਰਹੀ ਹੈ ਇੱਕ ਇਹਨਾਂ ਦੇ ਕਿਹੜੇ ਪਟਵਾਰੀ ਸਾਹਿਬ ਦਾ ਇਹ ਕਮਰਾ ਹੈ ਜਿੱਥੇ ਇਹ 24 ਨੰਬਰ ਨਹੀਂ ਉੱਦਾਂ ਤਾਂ ਬਾਕੀ 6 ਦੇ ਪਟਵਾਰੀ ਦਾ ਕਮਰਾ ਹੈਗਾ 22 ਨੰਬਰ ਇਹ 24 ਨੰਬਰ ਦੀ ਗੱਲ ਕਰ ਵੀ ਤਾਂ ਇਹਨਾਂ ਨੂੰ ਪਤਾ ਨਹੀਂ ਕਿ ਕੌਣ ਹੈ 24 ਨੰਬਰ 'ਚ ਕੌਣ ਨੇ ਠੀਕ ਨਹੀਂ ਉੱਧਰ ਕੌਣ ਬੈਠਾ ਉੱਦਾਂ ਬਾਕੀ 6 ਦੇ ਪਟਵਾਰੀ ਦਾ ਜਿਹੜਾ ਕਮਰਾ ਉਹ 22 ਨੰਬਰ ਹੈ ਸਰ 24 ਨੰਬਰ ਕਿੰਨਾ ਦਾ ਕਮਰਾ ਹੈ 24 ਤਾਂ ਨਹੀਂ ਕਿਸੇ ਨੇ ਉੱਦਾਂ ਆਪਣਾ ਖੋਲਿਆ ਹੋਵੇ ਤਾਂ ਕਹਿ ਨਹੀਂ ਸਕਦੇ ਬਾਬਾ ਨਹੀਂ ਨਹੀਂ ਉਹ ਤਾਂ ਸਾਡਾ 22-23 ਨੰਬਰ ਕਮਰਾ ਯਾਰ ਉਹ ਤਾਂ 24 ਨੰਬਰ ਪੁੱਛ ਰਹੇ ਹਾਂ ਸਰ 22 ਨੰਬਰ ਅਤੇ 24 ਨਹੀਂ ਕਿਸੇ ਨੂੰ ਅਲਾਟ ਕਮਰਾ 22 ਨੰਬਰ ਬਾਕੀ 6 ਨੂੰ ਆ ਅਤੇ ਉੱਥੇ ਸਰਕਾਰੀ ਜੇ ਅਲਾਟ ਨਹੀਂ ਹੈ ਸਰ ਸਰਕਾਰੀ ਉੱਥੇ ਰਜਿਸਟਰ ਖੋਲ੍ਹ ਕੇ ਕੰਮ ਕੀਤਾ ਜਾ ਰਿਹਾ ਸ਼ਰੀਆਂ ਅਤੇ ਉਹਨੂੰ ਹੁਣ ਦੇਖਾ ਕਿਵੇਂ ਕਰ ਰਹੇ ਤੁਹਾਡੇ ਵੱਲੋਂ ਤੁਸੀਂ ਉਹ ਪਟਵਾਰੀ ਨੇ ਇੱਥੇ ਨਹੀਂ ਅਸੀਂ ਤਾਂ ਨਹੀਂ ਕਰਦੇ ਹੁਣ ਮੈਂ ਤਾਂ ਆਪਣੇ ਬੇਟਾ ਕਮਰੇ 'ਚ ਕੰਮ ਕਰਦਾ ਜੇ ਕੋਈ ਉੱਧਰ ਆ ਕੇ ਆਪਣੇ ਤੌਰ 'ਤੇ ਲੱਗ ਗਿਆ ਤਾਂ ਉਹ ਹੁਣ ਉਹਦੇ ਲਈ ਉਹੀ ਰਿਸਪੋਂਸੀਬਲ ਆ